ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਉਹ ਹਸਪਤਾਲ ਦੇ ਸਟਾਫ ਨੂੰ ਇਹ ਹਦਾਇਤਾਂ ਦਿੰਦੇ ਨਜ਼ਰ ਆ ਰਹੇ ਸੀ ਕਿ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਕੋਈ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਚਾਹੀਦਾ ਤੇ ਮਰੀਜ਼ਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਪਰ ਹਕੀਕਤ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆ ਰਹੀ ਹੈ। ਗੱਲ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਕਰਦੇ ਹਾਂ, ਜਿੱਥੇ ਕੱਲ ਇੱਕ ਔਰਤ ਡਿਲੀਵਰੀ ਲਈ ਗਈ ਸੀ ਪਰ ਉਸ ਨੂੰ ਹਸਪਤਾਲ ਦੇ ਗੇਟ ਦੇ ਬਾਹਰ ਹੀ ਤੜਫਣਾ ਪਿਆ, ਕਿਉਂਕਿ ਸਰਕਾਰ ਨੂੰ ਇਹਨਾਂ ਨੂੰ ਚਾਹੀਦਾ, ਮਤਲਬ ਇਹਨਾਂ ਨੂੰ ਫੀਸ ਕਾਹਦੀ ਦਿੰਦੇ ਆ। ਠੀਕ ਆ ਜੀ, ਪੇਸ਼ੈਂਟ ਜਿਹੜਾ ਤੜਫ ਰਿਹਾ ਸੀਗਾ ਵੀਰੇ, ਉਹਨਾਂ ਨੂੰ ਵੱਡੇ ਲੋਕਾਂ ਦੀ ਗੱਲਬਾਤ ਸੁਣਦੇ ਆ, ਮਾੜੇ ਬੰਦੇ ਦੀ ਕਿਉਂ ਨਹੀਂ ਸੁਣਦੇ? ਜੇ ਕੋਈ ਸਿਫਾਰਿਸ਼ ਕਰਦਾ ਤਾਂ ਫਿਰ ਉਹਨਾਂ ਦੀ ਸੁਣਦੇ ਆ, ਮਾੜੇ ਬੰਦੇ ਦੀ ਸੁਣਨੀ ਚਾਹੀਦੀ। ਵੱਡੇ ਲੋਕ ਤਾਂ ਪੈਸਾ ਭਰ ਕੇ ਕਿੱਥੇ ਵੀ ਲਿਜਾ ਸਕਦੇ ਆ, ਕਿਉਂਕਿ ਇਹਨਾਂ ਨੂੰ ਸਰਕਾਰ ਤਨਖਾਹ ਕਿਉਂ ਦਿੰਦੀ ਆ? ਥਾਣੇ ਫੜਾ ਤਾ ਮੁੰਡੇ ਨੂੰ, ਕਾਰਵਾਈ ਹੋਣੀ ਚਾਹੀਦੀ ਆ। ਹਾਂ, ਕਾਰਵਾਈ ਹੋਣੀ ਚਾਹੀਦੀ ਆ। ਗਰੀਬ ਬੰਦੇ ਦੀ ਕੋਈ ਸੁਣਦਾ ਹੀ ਨਹੀਂ। ਸਰ, ਮੇਰਾ ਨਾਮ ਸੁਖਿੰਦਰ ਸਿੰਘ ਹੈ। ਸਰ, ਮੇਰੀ ਵਾਈਫ ਸੀਗੀ, ਉਹਨੂੰ ਬੱਚਾ ਹੋਣ ਵਾਲਾ ਸੀ, ਸਵੇਰ ਦੀਆਂ ਉਹਨੂੰ ਦਰਦਾਂ ਲੱਗੀਆਂ, ਉਸ ਤੋਂ ਬਾਅਦ ਅਸੀਂ ਉਹਨੂੰ ਲੈ ਗਏ ਮਮਦੋੜ ਲੈ ਗਏ ਸਰਕਾਰੀ ਸਿਵਲ ਹਸਪਤਾਲ। ਨਰਸ ਨੇ ਕਿਹਾ, ਉਹਨਾਂ ਇੰਜੈਕਸ਼ਨ ਵਗੈਰਾ ਦਿੱਤੇ, ਉਸ ਤੋਂ ਬਾਅਦ ਉਹਨਾਂ ਕਿਹਾ ਵੀ ਕੁਛ ਟਾਈਮ ਬਾਅਦ ਡਿਲੀਵਰੀ ਹੋ ਜਾਏਗੀ। ਫਿਰ ਅਸੀਂ ਸ਼ਾਮ ਨੂੰ ਵੇਟ ਕਰ ਕਰਕੇ ਅਸੀਂ ਮੈਡਮ ਨੂੰ ਪੁੱਛਿਆ ਵੀ ਡਿਲੀਵਰੀ ਹੁੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਅਸੀਂ ਕਿਸੇ ਹੋਰ ਲੈ ਜਾਈਏ, ਆਹ ਤਾਂ ਬੰਦੋਬਸਤ ਕਰ ਲਈਏ। ਉਹ ਕਹਿੰਦੀ ਕੋਈ ਗੱਲ ਨਹੀਂ, ਡਿਲੀਵਰੀ ਹੋਏਗੀ, ਤੁਸੀਂ ਟੈਨਸ਼ਨ ਨਾ ਲਓ। ਉਸ ਤੋਂ ਬਾਅਦ ਕੁਛ ਟਾਈਮ ਫਿਰ ਡੀਕਦੇ ਹੋਏ ਅਸੀਂ ਉੱਥੇ ਵਾਹਵਾ ਟਾਈਮ ਖੜ੍ਹਦੇ ਰਹੇ ਹਾਂ, ਮੈਡਮ ਨੂੰ ਪੁੱਛਦੇ ਰਹੇ ਹਾਂ, ਮੈਡਮ ਨੇ ਇਹੀ ਗੱਲ ਹੀ ਕੀਤੀ ਹੈ ਵਾਰ ਵਾਰ, ਹਾਂ ਕੋਈ ਗੱਲ ਨਹੀਂ ਡਿਲੀਵਰੀ ਹੋ ਜਾਏਗੀ। ਜਦੋਂ ਐਂਡ 'ਤੇ ਨਹੀਂ ਹੋਇਆ ਕੰਮ, ਉਹਨਾਂ ਸਾਨੂੰ ਭੇਜ ਤਾ, ਰੈਫਰ ਕਰਤਾ ਫਿਰੋਜ਼ਪੁਰ, ਕਹਿੰਦੇ ਜਾਂਦਾ ਹੀ ਤੁਹਾਡਾ ਕੰਮ ਹੋ ਜਾਏਗਾ। ਉਹਨਾਂ ਸਾਨੂੰ ਐਂਬੂਲੈਂਸ ਦਿੱਤੀ, ਸਿਵਲ ਹਸਪਤਾਲ ਆਉਂਦੇ ਨੇ ਭੇਜ ਦਿੰਦਾ ਇੱਥੇ ਸਾਡਾ ਪੇਸ਼ੈਂਟ। ਉਸ ਤੋਂ ਬਾਅਦ ਜਦੋਂ ਇੱਥੇ ਭੇਜਿਆ, ਨਾਲੇ ਤਾਂ ਐਂਬੂਲੈਂਸ ਵਾਲੇ ਗਾਲਾਂ ਕੱਢਦੇ ਪਏ ਸੀ ਵੀ ਹਾਂ ਇੰਨੀ ਲੇਟ ਭੇਜਦੇ ਪਏ, ਇੱਕ ਤਾਂ ਪੇਸ਼ੈਂਟ ਇੰਨਾ ਦਰਦ ਨਾਲ ਕਰਲਾਈ ਜਾਂਦਾ ਤਾਂ ਤੁਸੀਂ ਇਹਨੂੰ ਟਾਈਮ ਨਾਲ ਕਿਉਂ ਨਹੀਂ ਭੇਜਿਆ? ਪਹਿਲਾਂ ਭੇਜ ਦਿੰਦੇ, ਤੁਹਾਡੇ ਕੋਲ ਨਹੀਂ ਕੁਛ ਹੁੰਦਾ ਸੀ ਤਾਂ ਤੁਸੀਂ ਸਿਵਲ ਹਸਪਤਾਲ ਭੇਜ ਦਿੰਦੇ, ਪਹਿਲਾਂ ਭੇਜ ਦਿੰਦੇ। ਉਹ ਇੱਥੇ ਛੱਡ ਕੇ ਗਏ, ਫਿਰ ਇਸ ਤੋਂ ਬਾਅਦ ਜਿਹੜੇ ਵੀ ਮਤਲਬ ਹੁੰਦੇ ਨਾ, ਉਹ ਕੀ ਕਹਿੰਦੇ ਉਹਨੂੰ, ਆਸ਼ਾ ਵਰਕਰ, ਉਹਨਾਂ ਨੇ ਜਾ ਕੇ ਅੰਦਰ ਗੱਲ ਕੀਤੀ ਹੋਸਪਿਟਲ ਦੇ ਅੰਦਰ ਗੱਲ ਕਰਨ ਦੇ ਬਾਵਜੂਦ ਉਹਨਾਂ ਕਿਹਾ ਅੰਦਰ ਕੋਈ ਨਰਸ ਹੈ ਨਹੀਂ ਜਿਹੜੀ ਡਿਲੀਵਰੀ ਕਰ ਸਕੇ, ਤੁਸੀਂ ਅੰਦਰ ਬਿਠਾਓ। ਅੰਦਰ ਲੈ ਕੇ ਗਏ, ਉਹਨਾਂ ਕੋਈ ਗੱਲਬਾਤ ਨਹੀਂ, ਕੋਈ ਕੁਛ ਨਹੀਂ, ਕਿਸੇ ਨੂੰ ਪੁੱਛਿਆ ਦੱਸਿਆ ਨਹੀਂ। ਘਰ ਮੇਰੀ ਚੀਕਦੀ ਰਹੀ, ਚਲਾਉਂਦੀ ਰਹੀ, ਸਾਰੇ ਉੱਥੇ ਵੇਖਦੇ ਰਹੇ। ਪਹਿਲਾਂ ਅੰਦਰ ਲੈ ਕੇ ਗਏ ਰਹੇ ਹਾਂ, ਹਾਂ ਪਹਿਲਾਂ ਉਹਨਾਂ ਕੁਛ ਨਹੀਂ ਕੀਤਾ, ਸਾਰੇ ਆਪੋ ਦੇ ਕੰਮ ਲੱਗ ਗਏ, ਉਹ ਚੀਕਦੀ ਚਲਾਉਂਦੀ ਰਹੀ, ਕਿਸੇ ਨੇ ਨਹੀਂ ਪੁੱਛਿਆ। ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਲੈ ਗਏ, ਪ੍ਰਾਈਵੇਟ ਜਦੋਂ ਗਏ ਉਹਨਾਂ ਪੈਸੇ ਜ਼ਿਆਦਾ ਮੰਗੇ, ਸਾਡੇ ਕੋਈ ਨੇ ਪੈਸੇ ਦਿੱਤੇ ਨਹੀਂ ਜਾ ਸਕਦੇ ਸੀ। ਉਸ ਤੋਂ ਬਾਅਦ ਅਸੀਂ ਫਿਰ ਇੱਧਰ ਆਏ, ਇਹਨਾਂ ਨੂੰ ਕਿਹਾ ਚਲੋ ਸਾਨੂੰ ਕੋਈ ਨਾ ਕੋਈ ਪ੍ਰਾਈਵੇਟ ਗੱਡੀ ਲੈ ਦਿਓ ਜਾਂ ਕੋਈ ਕਿਸੇ ਤਰ੍ਹਾਂ ਦੀ। ਇਹਨਾਂ ਕਿਸੇ ਤਰ੍ਹਾਂ ਦੇ ਅੰਦਰ ਬਾਹਰ ਸਾਰਿਆਂ ਦੇ ਸਾਹਮਣੇ ਚੀਕਦੀ ਰਹੀ, ਕਿਸੇ ਤਰ੍ਹਾਂ ਕੋਈ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ। ਸਭ ਨੂੰ ਕਿਹਾ, ਫਿਰ ਅੰਦਰ ਜਾ ਕੇ ਮੈਂ ਗੁੱਸੇ ਨਾਲ ਮੈਡਮ ਨਾਲ ਬੋਲਿਆ, ਮੈਂ ਕਿਹਾ ਸਾਨੂੰ ਕਮ ਸੇ ਕਮ ਕੋਈ ਗੱਡੀ ਤਾਂ ਲੈ ਦਿਓ, ਮੇਰੀ ਜਨਾਨੀ ਮਰਨ ਮਰਾਉਣ ਪਈ ਹੈ, ਕੋਈ ਗੱਲ ਨਹੀਂ ਸੁਣਦਾ ਪਿਆ। ਸਾਰੇ ਉੱਥੇ ਵੀਰ ਸਾਰੇ ਪੁੱਛੀ ਜਾਣ ਪੈਣਾ, ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਤੁਸੀਂ ਕਮ ਸੇ ਕਮ ਇਹਨੂੰ ਵੇਖੋ ਤਾਂ ਸਹੀ, ਉਹਦੀ ਹਾਲਤ ਤਾਂ ਵੇਖੋ। ਉਸ ਤੋਂ ਬਾਅਦ ਫਿਰ ਉਹਨਾਂ ਫਰੀਦਕੋਟ ਇੱਕ ਹੈਗੀ ਸੀ ਇੱਥੇ ਵਰਕਰ, ਉਹਨੇ ਸਾਨੂੰ ਇੱਥੇ ਪ੍ਰਾਈਵੇਟ ਗੱਡੀ ਲੈ ਕੇ ਦਿੱਤੀ। ਉਸ ਤੋਂ ਬਾਅਦ ਉਹ ਲੈ ਕੇ ਗਏ, ਉਲਟਾ ਇਹਨਾਂ ਨੇ ਇੱਥੇ ਪਤਾ ਨਹੀਂ ਕੌਣ ਕਰਮਚਾਰੀ ਹੈਗਾ ਇੱਕ, ਉਹਨੇ ਮੈਨੂੰ ਪੁਲਿਸ 'ਚ ਫੜਾ ਤਾ, ਥਾਣੇ ਲੈ ਗਏ। ਉਹ ਥਾਣਿਆਂ ਨੇ ਬੜਾ ਮਿਸਬਿਹੇਵ ਕੀਤਾ, ਉਹਨਾਂ ਉਲਟਾ ਸਗੋਂ ਉਹਦੇ ਨਾਲ ਵਧੀਆ ਗੱਲਬਾਤ ਕੀਤੀ, ਮੇਰੀ ਕੋਈ ਗੱਲ ਨਹੀਂ ਸੁਣੀ। ਉਹਨਾਂ ਸਗੋਂ ਮੈਨੂੰ ਦਾਬੇ ਮਾਰੇ, ਉਲਟਾ ਆਉਂਦੇ ਨੇ ਹਾਂ ਤੇਰੇ 'ਤੇ ਕੇਸ ਕਰਾਂਗੇ, ਯੇ ਵੋ ਹੈ, ਇਹਨੂੰ ਅੰਦਰ ਪਾਓ। ਉਲਟਾ ਮੈਨੂੰ ਦਾਬੇ ਮਾਰਦੇ ਰਹੇ, ਬੜਾ ਉਹਨਾਂ
ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ, ਉਹਦੇ ਬਾਵਜੂਦ ਕੀ ਪ੍ਰਸ਼ਾਸਨ ਇੰਨਾ ਢਿੱਲਾ ਕਾਰਗੁਜ਼ਾਰੀ ਹੈ? ਸਰ ਕੋਈ ਕਿਸੇ ਕੰਮ ਦਾ ਨਹੀਂ ਸਰ, ਨਾ ਤਾਂ ਕੋਈ ਇੱਥੇ ਸਿਵਲ ਹਸਪੀਟਲ ਕੋਈ ਵੀ ਕਰਮਚਾਰੀ ਕਿਸੇ ਦੀ ਗੱਲ ਸੁਣਦਾ, ਗਰੀਬ ਬੰਦੇ ਦੀ ਜਿਹੜਾ ਕੋਈ ਕਿਸੇ ਦੀ ਜਾਣ ਪਛਾਣ ਹੈ ਉਹਦਾ ਕੰਮ ਕਰਦੇ ਆ, ਦੂਜੇ ਦਾ ਕੋਈ ਕੰਮ ਨਹੀਂ ਕਰਦੇ। ਹਾਂ ਸਰ, ਪੂਰੀ ਕਾਰਵਾਈ ਹੋਣੀ ਚਾਹੀਦੀ, ਸਾਰੀ ਸਖਤ ਕਾਰਵਾਈ ਕਰੋ ਇੱਥੇ ਆ ਕੇ, ਜਿੱਦਾਂ ਜਿੰਨਿਆਂ ਨੂੰ ਵੀ ਪੁੱਛ ਲਓ, ਇੱਥੇ ਵੀਰ ਹੈਗੇ ਨੇ, ਮੇਰੀ ਜਨਾਨੀ ਇੱਥੇ ਚੀਕ ਚੀਕ ਕੇ ਚਲਾਉਂਦੀ ਰਹੀ, ਰੋਂਦੀ ਰਹੀ, ਕਿਸੇ ਨੇ ਕੋਈ ਪੁੱਛਿਆ ਦੱਸਿਆ ਨਹੀਂ। ਸਰ ਰੋ ਰੋ ਕੇ ਆਖਿਰ ਤੇ ਅੱਕ ਕੇ ਮੈਂ ਅੰਦਰ ਗਿਆ, ਅੰਦਰ ਗੁੱਸੇ ਨਾਲ ਮੈਂ ਬੋਲਿਆ, ਮੈਂ ਕਿਹਾ ਕੋਈ ਕਮ ਸੇ ਕਮ ਹੋਰ ਨਹੀਂ ਤਾਂ ਇੱਥੇ ਤੁਸੀਂ ਕੀ ਕਰਨ ਆਏ ਬੈਠੇ, ਕਮ ਸੇ ਕਮ ਦੇਖ ਤਾਂ ਸਕਦੇ ਹੈ ਨਾ ਉਹਨੂੰ, ਉਹ ਅੰਦਰ ਚੀਕੀ ਜਾਂਦੀ ਚਲਾਈ ਜਾਂਦੀ, ਕੋਈ ਉਹਦੀ ਗੱਲਬਾਤ ਨਹੀਂ ਸੁਣਦਾ। ਮੇਰਾ ਨਾਮ ਸਤਿੰਦਰ ਹੈ, ਸਤਿੰਦਰ ਕੌਰ ਆ। ਪੇਸ਼ੈਂਟ ਆਇਆ ਸੀਗਾ, ਉਹ ਪਹਿਲਾਂ ਆਏ ਸੀਗੇ, ਚੈੱਕਅਪ ਕਰਵਾਇਆ ਉਹਨਾਂ ਨੇ, ਅਸੀਂ ਸੈਂਪਲ ਵਾਸਤੇ ਬੁਲਾਏ ਲੈਬੋਰਟਰੀ ਵਾਲੇ, ਉਹ ਆ ਗਏ, ਪਰ ਜਦੋਂ ਉਹ ਆਏ ਪੇਸ਼ੈਂਟ ਲੈ ਕੇ ਆਪਣਾ ਬਾਹਰ ਪ੍ਰਾਈਵੇਟ ਚਲੇ ਗਏ, ਅਤੇ ਪ੍ਰਾਈਵੇਟ ਵਾਲਿਆਂ ਟੈਸਟ ਕੀਤੇ ਇਹਨਾਂ ਦੇ, ਅਤੇ ਫਿਰ ਉਹਨਾਂ ਨੇ ਸੈੱਲ ਘੱਟ ਕਰਕੇ ਪੇਸ਼ੈਂਟ ਫਿਰ ਇੱਧਰ ਭੇਜਤਾ। ਉਸ ਤੋਂ ਬਾਅਦ ਅੰਦਰ ਲੈ ਕੇ ਨਹੀਂ ਆਏ ਪੇਸ਼ੈਂਟ, ਕਹਿੰਦੇ ਅਸੀਂ ਫਰੀਦਕੋਟ ਲੈ ਕੇ ਜਾਣਾ, ਪਰ ਇਹਨਾਂ ਨੇ ਦਿਖਾਇਆ ਨਹੀਂ ਨਾ ਅੰਦਰ ਲਿਆ ਕੇ, ਸਾਨੂੰ ਅੰਦਰ ਲੈ ਕੇ ਨਹੀਂ ਆਏ, ਅਸੀਂ ਤਾਂ ਅੰਦਰ ਕੰਮ ਕਰ ਰਹੇ ਹਾਂ ਨਾ, ਅੰਦਰ ਲੈ ਕੇ ਆਉਣਗੇ ਤਾਂ ਅਸੀਂ ਮਰੀਜ਼ ਦੇਖਦੇ ਹੀ ਦੇਖਦੇ ਹਾਂ। ਇਹ ਆਪ ਹੀ ਕਹਿ ਰਹੇ ਅਸੀਂ ਲੈ ਕੇ ਫਰੀਦਕੋਟ ਜਾਣਾ, ਫਰੀਦਕੋਟ ਭੇਜੋ, ਫਿਰ ਡਾਕਟਰ ਸਾਹਿਬ ਭੇਜਣਗੇ ਤਾਂ ਹੀ ਭੇਜਾਂਗੇ ਨਾ ਅਸੀਂ। ਲਾਪਰਵਾਹੀ ਕੋਈ ਨਹੀਂ ਜੀ, ਆਪ ਲੈ ਕੇ ਆਉਣ, ਅਸੀਂ ਕਿਹੜਾ ਮਰੀਜ਼, ਸਾਰੇ ਮਰੀਜ਼ ਦੇਖ ਰਹੇ ਹਾਂ ਅਸੀਂ। ਥਾਣੇ ਦਾ ਮੈਨੂੰ ਨਹੀਂ ਪਤਾ ਜੀ, ਮੈਂ ਕੋਈ ਗੱਲ ਨਹੀਂ ਕੀਤੀ ਥਾਣੇ ਬਾਰੇ, ਮੈਨੂੰ ਨਹੀਂ ਕੋਈ ਪਤਾ, ਮੈਂ ਤਾਂ ਇੱਥੇ ਬੈਠੀ, ਨਾ ਹੀ ਮੈਂ ਕੋਈ ਗੱਲ ਕੀਤੀ ਹੈ ਜੀ, ਮੈਨੂੰ ਨਾ ਇਹਨਾਂ ਨਾਲ ਕੋਈ ਗੱਲਬਾਤ ਮੇਰੀ ਹੋਈ, ਇਹਨਾਂ ਦੇ ਨਾਲ ਕੋਈ ਨਹੀਂ ਹੋਈ, ਇਹਨਾਂ ਨਾਲ ਮੇਰੀ ਕੋਈ ਗੱਲ ਹੀ ਨਹੀਂ ਹੋਈ, ਨਾ ਇਹਨਾਂ ਨੇ ਮੈਨੂੰ ਕੁਛ ਕਿਹਾ ਵਾ। ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ।